ਤੁਹਾਨੂੰ ਭਗਤ ਜੈਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਜੈਦੇਵ ਜੀ, ਆਪ ਦਾ ਜਨਮ ਦੱਖਣੀ ਬੰਗਾਲ ਦੇ ਪਿੰਡ ਕੰਦੂਲੀ ਵਿਖੇ 1170 ਈਸਵੀ ਵਿੱਚ ਹੋਇਆ। ਆਪ ਬੰਗਾਲ ਰਾਜਾ ਲਕਸ਼ਮਣ ਸੈਨ ਦੇ ਪੰਜ ਰਤਨਾਂ ਵਿੱਚੋਂ ਸਨ। ਆਪ ਜਾਤ ਬ੍ਰਾਹਮਣ ਸਨ, ਪਰ ਆਪ ਵਿੱਚ ਜਾਤੀ ਅਭਿਮਾਨ ਬਿਲਕੁਲ ਵੀ ਨਹੀਂ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦੇ ਕੁੱਲ 2 ਸ਼ਬਦ ਰਾਗ ਗੁਜਰੀ ਵਿੱਚ 1 ਸ਼ਬਦ ਅਤੇ 1 ਸ਼ਬਦ ਰਾਗ ਮਰੂ ਵਿੱਚ ਮਿਲਦੇ ਹਨ, ਜੋ ਕਿ ਕੁੱਲ 2 ਸ਼ਬਦ ਹਨ। ਪ੍ਰਮੁੱਖ ਸਤਰਾਂ ਅੰਤ ਕਾਲ ਜੋ ਲਕਸ਼ਮੀ ਸਮਰੈ ਐਸੀ ਚਿੰਤਾ ਮੈਂ ਜਿਮ ਰਹਿ ਐਸੀ ਚਿੰਤਾ ਮੈਂ ਜਿਮ ਰਹਿ ਸਰਪ ਜੋਨ ਵੱਲ ਵੱਲ ਉਤਰੈ ਸਰਪ ਜੋਨ ਵੱਲ ਵੱਲ ਉਤਰੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ